हमेशा टीवी तुसी देख रहे हो प्राइम हासिया प्रोग्राम लेके हाजिर है जी तुहाडी दोस्त नीलम क्वीन प्रोग्राम दे विच बहुत-बहुत स्वागत है। आज स्टूडियो दे विच सद्दा दित्ता है चाचा चाची नु, तुसी भी ठीक दे सी, मैं भी ठीक दी सी, बहुत-बहुत स्वागत है चाचा चाची, सत श्री अकाल। की हाल चाल? तू मेनू ना बोलन दई सारी, हुन मेनू ना बोलन दई चाची की। पहला इंदे नाल चोल मोल कर ला जिहड़ी करनी है, बाद च मैं बोल लूं। ते कल भी क्यों आ बलबीर बोपर आए गाने ते कुड़ियां ने लाए देले गेड़े च नहीं लाए जिन्हें लवाते मेरे कदी आ कागत लिया कदी आ कागत लिया इन्ने का काम हुंदा है इन्ना जलूस कढ़दे ने बंदे दा केड़ा काम रुक गया हुण तुहाडा तीए मेरे किन्ने काम रुके ने इन्ना दुखो ही अच्छा ਉਹਨੇ ਤੇ ਮੈਂ ਬੱਚਾ ਜੰਮਣ ਵਾਸਤੇ ਰੱਬ ਅੱਗੇ ਹੱਥ ਨਹੀਂ ਜੋੜੇ ਜਿਹਨੇ ਬਰਥ ਸਰਟੀਫਿਕੇਟ ਇਹਨਾਂ ਅੱਗੇ ਜੋੜਨੇ ਪੈਂਦੇ। ਹਾਏ ਇਹ ਤਾਂ ਹੈ, ਚੱਕਰ ਤਾਂ ਬਹੁਤ ਕੱਟਣੇ ਪੈਂਦੇ। ਕੋਈ ਗੱਲ ਨਹੀਂ, ਇੱਥੇ ਸੁਵਿਧਾ ਸੈਂਟਰ ਵਾਲੇ ਨੇ ਇਕਣੇ ਆਉਣਾ ਹੀ ਆ। ਵੈਸੇ ਸੁਵਿਧਾ ਕੇਂਦਰ ਨਹੀਂ, ਹੁਣ ਸੇਵਾ ਕੇਂਦਰ ਬਣ ਗਿਆ ਉਹ। ਸੇਵਾ ਕੇਂਦਰ ਇਹਨਾਂ ਦੀ ਸੇਵਾ ਵੇਖੀ ਮੈਂ ਕਹਿੰਦਾ ਕਹਿੰਦੇ ਜਿੰਨਾ ਮੈਨੂੰ ਧੱਪ ਚੜਿਆ ਇਹਨਾਂ ਦੇ ਉੱਤੇ, ਇਹਨਾਂ ਦੀ ਐਸੀ ਮੈਂ ਤੌਣੀ ਲਾਉਣੀ ਹੈ ਨਾ। ਸੇਵਾ ਕੇਂਦਰ ਇਦਾਂ ਦੀ ਸੇਵਾ ਇਹ ਕਰਦੇ ਨੇ ਜਿੱਦਾਂ ਦੀ ਸਾਡੀ ਪਿੱਛੇ 70 ਸਾਲ ਲੀਡਰ ਕਰਦੇ ਰਹੇ ਨੇ ਸੇਵਾ। ਲੀਡਰਾਂ ਦੇ ਵੀ ਇਹਨਾਂ ਦੀ ਉਹ ਸੇਵਾ ਹੋਣੀ ਚਾਹੀਦੀ ਹੈ ਜਿਹੜੀ ਪਿਓ ਗੁੱਸੇ 'ਚ ਮੁੰਡੇ ਨੂੰ ਨਹੀਂ ਕਹਿੰਦਾ ਹੁੰਦਾ ਵੀ ਬੰਦੇ ਦਾ ਪੁੱਤ ਬਣ ਜਾਣੇ ਤੇਰੇ ਮੈਂ ਸੇਵਾ ਬੜੀ ਹੋਣੀ ਆ। ਚਾਚੀ ਤੂੰ ਹੱਸਦੀ ਸੋਹਣੀ ਲੱਗਦੀ, ਕਿੱਦਾਂ ਕਲਪੀ ਪਈ ਆ। ਨਵਾਂ ਫੋਨ ਲਿਆ ਆ, ਨਵਾਂ ਫੋਨ ਲਿਆ, ਸਾਰਾ ਮੱਚ ਮਾਰ ਕੇ ਰੱਖਤਾ, ਜੋਏ ਕਰਨ ਦਾ ਟਾਈਮ ਨਹੀਂ ਮੇਰੇ ਤੋਂ। ਹੋਰ ਕੀ ਤਾ ਜੋਏ ਕਰ ਰੀਲਾ ਪਾਉਣੀਆ 100 ਗੱਲ ਬਾਤ ਨਹੀਂ। ਫੋਨ ਤਾਂ ਬੜਾ ਸੋਹਣਾ, ਉੱਤੋਂ ਦੀ ਕਵਰ ਵਾਹ, ਕਲਰ ਕੈਮਰੇ ਵਾਲਾ, ਤਿੰਨ ਕੈਮਰੇ ਵਾਲਾ, ਤਿੰਨ ਕੈਮਰੇ ਤੋਂ ਦੋ ਕੈਮਰੇ ਆ, ਇੱਕ ਅੱਗੇ ਨਹੀਂ ਜੀਦਾ ਤੈਨੂੰ, ਫਰੰਟ ਤੇ ਨਹੀਂ ਹੁੰਦਾ ਇਹ ਤੇ ਗੱਲਾਂ ਡਈਆਂ ਕਰਨ, ਤੂੰ ਦੱਸ ਇਹੋ ਜਿਹੇ ਫੋਨ ਦਾ ਕੀ ਵੇਲਾ ਮੀਜੀ ਇੱਕ ਫੋਟੋ ਨਹੀਂ ਖਿੱਚੀ ਨੇ ਤੇਰੀ ਆਉਣੀ ਨਹੀਂ ਆਵੀ ਕਿਉਂ ਤੇਰੇ ਵਿਆਹ ਦੇ ਵਿੱਚ ਕੈਮਰੇ ਜਿਹੜੇ ਉਹਨਾਂ 'ਚ ਨਹੀਂ ਆਈ ਤੇ ਇਹ 'ਚ ਆ ਜਾਏਗੀ ਤੇਰੀ ਫੋਟੋ ਕਿਉਂ ਇਹਦੇ ਕਿਉਂ ਨਹੀਂ ਆਉਣੀ ਉਹ ਤੇ ਸ਼ਕਲ ਵੀ ਹੋਣੀ ਚਾਹੀਦੀ ਬੰਦੇ ਦੀ ਸ਼ਕਲ ਵੀ ਹੋਣੀ ਚਾਹੀਦੀ ਹੈ ਨਹੀਂ ਵੈਸੇ ਚਾਚੀ ਇੰਨੀ ਦੇਰ ਬਾਅਦ ਕਿਉਂ ਆਈ ਆ ਮੈਂ ਤਾਂ ਉਡੀਕਦੀ ਸੀ ਸਾਰੇ ਉਡੀਕਦੇ ਸੀ ਚਾਚੀ ਨੇ ਕਦੋਂ ਆਉਣਾ ਉਹ ਤੇ ਇਹ ਮੇਰੀ ਜਾਨ ਛੱਡਣ ਤੇ ਆਵਾਂ ਮੈਂ ਹਾਂ ਜਾਨ ਛੱਡਣ ਤੇ ਆਵਾਂ ਹੋ ਲੈਕ ਸੁਣ ਅੱਜ ਬਾਬੀ ਜੀ ਸੀ ਮੈਂ ਲੈਕ ਮਿਲੇਗਾ ਕਿ ਨਹੀਂ ਆਈ ਚੋਣ ਕਮਿਸ਼ਨ ਚ ਲੱਗਾ ਰਿਹਾ ਨਾ ਇਲੈਕਸ਼ਨ ਅੱਜ ਬੀਜੀ ਸੀ ਪੁੱਛਦੀ ਗੱਲ ਮੈਨੂੰ ਆ ਜਵਾਬ ਆਪ ਦੇਣ ਲੱਗ ਪੈਂਦਾ ਵੇ ਉਹਨੇ ਦੇਣਾ ਹੀ ਘਰ ਵਾਲਾ ਤੁਹਾਡਾ ਉਹ ਘਰ ਵਾਲਾ ਮੇਰਾ ਉਹ ਜੁਗਨੂ ਨੇ ਮੈਨੂੰ ਸਜਿਆ ਸੀ ਜੁਗਨੂ ਨੇ ਪੜਦਾ ਰਿਹਾ ਨਾ ਤੇਨਾਂ ਜੁਗਨੂ ਮੈਨੂੰ ਕਿਹਾ ਸੀ ਕਹਿੰਦਾ ਸਾਰੇ ਹਲਕਿਆਂ ਚ ਜਾਇਆ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨੂੰ ਨਾ ਭੇਜੋ ਇਹਨੇ ਤੁਹਾਡਾ ਪੋਰਟਰ ਜਿਹਾ ਉਗਾ ਕੇ ਕਰਨਾ ਜੀ ਨਾ ਪਾਇਓ ਲੋਕਾਂ ਨੇ ਆਪਣੇ ਸਾਰੇ ਮੇਰੇ ਜਿੰਨੇ ਵੀ ਮੁੱਖ ਮੰਤਰੀ ਪਹਿਲੇ ਸਾਰੇ ਮਾਂਜੇ ਮੇਰੇ ਸਾਰੇ ਮਾਂਦੇ ਰਹੇ ਕੱਠੇ ਰੋਟੀ ਖਾਂਦੇ ਰਹੇ ਤੁਸੀਂ ਫਿਰ ਮੈਂ ਹੀ ਸਲਾਹ ਦਿੱਤੀ ਸੀ ਮੈਂ ਕਿਹਾ ਨਾਲ ਦੇ ਜਿਹੜਾ ਮੁਲਕਾਂ ਨਾਲ ਰਿਸ਼ਤੇ ਕਾਇਮ ਕਰੋ ਉਹਨਾਂ ਨੇ ਪਰਸਨਲ ਰਿਸ਼ਤੇ ਕਾਇਮ ਕਰ ਲਏ ਤੂੰ ਵੀ ਕਾਇਮ ਹੋ ਥੋੜਾ ਜਿਹਾ ਕੇਵਲ ਵੇਖੇ ਸ਼ਰਮਗਾਹ ਤੋੜੀ ਜੇ ਚੰਨੀ ਸਾਹਿਬ ਉਹਨਾਂ ਨੂੰ ਕਿਹਾ ਮੈਂ ਕਿਹਾ ਖਸਮਾ ਛੇਤੀ ਹੁੰਦੀ ਆ ਹੈ ਨਾ ਖੇਤੀ ਆਪ ਹੱਥੀ ਕੰਮ ਕਰ ਲਿਆ ਕਰੋ ਮੇਰਾ ਕਹਿਣ ਦਾ ਮਤਲਬ ਸੀ ਕਿ ਕੋਈ ਹੱਥੀ ਕੰਮ ਕਰਾਓ ਆਪ ਆਰਡਰ ਉਰਡਰ ਦਿਆ ਕਰੋ ਉਹ ਆਪ ਹੀ ਖੰਭਿਆਂ ਤੇ ਚੜ੍ਹਨ ਲੱਗ ਪਏ ਬੱਕਰੀਆਂ ਦੁੱਧ ਕੱਢਣ ਲੱਗ ਪਏ ਮੇਰੀ ਸੁਣ ਗੱਲ ਹੈ ਪ੍ਰਾਈਮ ਹਾਸਿਆਂ ਨੂੰ ਪ੍ਰਾਈਮ ਡਿਸਕਸ਼ਨ ਨਾ ਬਣਾ ਖੇਤੀ ਕਰਮਾ ਸੇਤੀ ਫਲਾਨਾ ਟਿੰਗੜਾ ਉਹ ਪੰਚ ਆਉਂਦਾ ਕੋਈ ਚੱਜ ਦਾ ਬੋਲ ਮੇਰਾ ਵੀ ਟਾਈਮ ਖਰਾਬ ਕਰਨਾ ਤੇ ਗੁੱਡੀ ਦਾ ਵੀ ਲੋਕਾਂ ਦਾ ਤਾਂ ਵਿਚਾਰਾ ਤਾਂ ਹੋਣ ਹੀ ਡਿਆ ਹੈ ਜਿਹੜਾ ਮੁੱਦਾ ਲੈ ਕੇ ਚੰਗੀ ਲੱਗਦੀ ਜਿਹੜਾ ਮੁੱਦਾ ਲੈ ਕੇ ਉੱਤੇ ਤੇ ਮਰ ਲੈਂਦੇ ਮੈਨੂੰ ਕਿਹੜਾ ਮੁੱਦਾ ਲੈ ਕੇ ਆਏ ਉਹ ਬੋਲੋ ਆ ਸੇਵਾ ਕੇਂਦਰ ਵਾਲਿਆਂ ਦੀ ਮੈਂ ਸੇਵਾ ਕਰਨੀ ਆ ਨਾ ਫੋਨ ਲਾ ਤੇ ਕਿਹਨੂੰ ਬੁਲਾ ਮੈਨੂੰ ਅਮਨੀ ਦਾ ਨੰਬਰ ਦੇ ਜਰਾ ਮੈਨੂੰ ਕਿਹਦਾ ਅਮਨੀ ਦਾ ਆ ਮਾਲਕ ਤੁਹਾਡਾ ਆਉਣ ਘਟ ਘਟ ਭਤੀਜਾ ਮੇਰਾ ਲੈ ਦੱਸ ਤੇ ਭਤੀਜਾ ਨੰਬਰ ਨਹੀਂ ਹੈਗਾ ਉਹਦਾ ਉਦੋਂ ਮੇਰੇ ਕੋਲ ਫੋਨ ਨਹੀਂ ਹੁੰਦਾ ਮੈਂ ਸੇਵ ਕਾਰਡ ਚ ਕਰਦੀ ਦਿਲ ਤੇ ਲੈ ਲੈਂਦੀ ਨੰਬਰ ਉਹਦਾ ਮੈਂ ਨੰਬਰ ਦੇ ਗਾਂ ਕਰ ਨੰਬਰ ਕੋਈ ਤੇ ਕੰਮ ਨੂੰ ਹਾਂ ਕਰਦੇ ਸਿਰ ਨਹੀਂ ਇਹਦਾ ਐ ਕਰਨ ਨੂੰ ਹੜਦਾ ਜਿਹੜੇ ਕਾਰਾਂ ਦੇ ਵਿੱਚ ਕੁੱਤਾ ਨਹੀਂ ਲਾਇਆ ਹੁੰਦਾ ਸਪਰਿੰਗ ਵਾਲਾ ਉਹਦੇ ਵਾਲਾ ਹਿਸਾਬ ਹੀ ਗੁੱਡੀ ਇਹਦਾ ਹੱਲ ਲੱਗ ਗਿਆ ਵਾ ਚੱਕ ਲੈਣਾ ਫੜਾ ਚਾਚੀ ਚੱਕ ਲੈਣਾ ਉਹਨਾਂ ਦੇ ਫੋਨ ਕੱਟ ਦੇਣਾ ਤੇਰੀ ਆਵਾਜ਼ ਸੁਣ ਕੇ ਉਹ ਤਾਂ ਕੋਈ ਨੀ ਕੋਈ ਹੋਰ ਸੀ
जींदा रहे मेरे पुत। होर किदा काम कर ठीक है? पैसे लई टेंशन लैनी मैं बैठी हाँ। मुंदी बेच दूंगी एक। ओदा कर ला जनू कन्नों फड़ के बुला उन्हूं सेवा केंद्र वाले नूं। हाँ तेरी सखी चाची का देला दस काम नहीं कर दिया दस मैनू खिच चढ़ा ताप चढ़ा तेन मैं दसा भेज मैं बैठी ते तेरे स्टूडियो बैठी जलंधर वाले स्टूडियो बैठी ओके आ गुड्डी दे पैसे कटा दो 1000 रुपया अच्छा लैंदी तू है तेरे आंदे बिना कटाई इहनूं बचने कुख नहीं ठीक जलूस कढ़ना करनी सी ने आना पता नहीं कदों आना मैं इन्ने गेड़े कढ़ाउंदे पिलसन नहीं इन्ने गेड़े कढ़ाउंदे ने मैं कहिंदी 2000 पिलसन हुंदी 3000 गेड़ा मारना पैंदा आ मेरी पिलसन लोक ली मैं तां क्या छज पहला छुट्टी ते चलो मैं शुक्र करूं मालक दा भी सानू भी छुट्टी होगी सानू ते छुट्टी कोई नहीं मिलदी सरकारी अपने दुखी है बेड़ा कर कुछ डंडा फड़ाओ चाचे नू डेली गेड़ा ते गेड़ा आहो नहीं नाले मेरी गल सुनो ओ ते मालकां दा फोन आया मैं तां आया उहनां दे फोन ते मेरा बेबे बापू भी नाल हुंदा ना ते उहनां नू भी आउणा पै जाणा नहीं वधिया गल आ तुसीं इहनां दा कम्म करो इहनां नू प्रॉब्लम जिहड़ी हैगी पता की आ कम्म करना ओते कंप्यूटर ते जाके जो खेड दे ओ की कही आ गया बैठा कान च उंगल मारी जाऊ मैं कहा जिन्नी उंगल कान च मारदा कीबोर्ड ते मार के ता कम्म होवे छोटी क्लास वाले लाते निका जा फुटा लाल खड़ा करके वो तो इंच वड्डा हुंदा ही देखो मैडम जेड़ा काम सिस्टम नाल होना सिस्टम नाल ही होना बिलकुल सही गल है सिस्टम इन्हों का पुत 15000 तो शुरू हुंदा ही मात्र बंदा 15000 कित्थों लियावे तू ना महाराज मेरी गल सुनो देखो मैडम जी जिहड़ा काम टाइम ना होना वो टाइम नाल ही होना जिहड़ा काम टाइम नाल होना टाइम इन्ना टाइम नहीं लगता काम नू मैं कहिंदा जिहड़ा गेट दे उत्ते खड़ा हुंदा उहनूं कुर्सी ते पा दे फिर उह पता की जिहड़ा गेट ते खड़ा हुंदा उह काम इहनूं जल्दी करा दिंदा ही उह ਲੈ ਦੇ ਕੇ ਮੈਡਮ ਜੀ ਮੇਰੀ ਗੱਲ ਸੁਣੋ ਫੋਟੋ ਕਾਪੀ ਕਰਾਉਣ ਇਹਨਾਂ ਨੂੰ ਭੇਜਦਾ ਫੋਟੋ ਕਾਪੀ ਤੇ ਸਾਫ਼ ਨਹੀਂ ਆਉਂਦੀ ਇਹਨਾਂ ਕੋਲ ਕੰਮ ਕੀ ਕਰਾਂ ਫੋਟੋ ਕਾਪੀ ਕੁੜੇ ਸਾਫ਼ ਹੁੰਦੀ ਹੈ ਨੀਤ ਨਹੀਂ ਸਾਫ਼ ਸਾਡੀ ਇਹ ਚਾਹੁੰਦੇ ਆ ਵੀ ਜਿਹੜੇ ਬਾਹਰ ਇਹਨਾਂ ਫੋਟੋ ਕਾਪੀ ਵਾਲੇ ਭਾਏ ਆ ਉਹਨਾਂ ਕੋਲ ਫੋਟੋ ਕਾਪੀ ਕਰਾਈਏ ਇਹਨਾਂ ਦੇ ਕੋਲ ਝਾਟਾ ਪਟਾਈਏ ਪੈਸੇ ਦਈਏ ਫਿਰ ਕੰਮ ਹੋਵੇ ਕਿਤੇ ਉਹ ਤਾਂ ਉਹ ਵੀ ਮਰਨਾ ਇਦਾਂ ਦਾ ਹੁੰਦਾ ਉਹ ਤਾਂ ਫੋਟੋ ਕਾਪੀ ਕਰਾਉਣ ਜਾਓ ਨਾ ਉਹ ਕਹੂਗਾ 5-7 ਕਾਪੀਆਂ ਕਰਾ ਲਓ ਲੋੜ ਤੇ ਪਈ ਰਹਿੰਦੀ ਮੈਡਮ ਜੀ ਜਦੋਂ ਇਹਨਾਂ ਦੇ ਕਾਗਜ਼ ਹੀ ਨਹੀਂ ਪੂਰੇ ਕਾਗਜ਼ ਹੀ ਨਹੀਂ ਪੂਰੇ रोज 2 महीने तो खज्जल होनी तेरे दफ्तर च ओ नहीं दीदी तेन दसा बुढ़ी ज्यादा ना बोल ए ना हो तेन एक बुढ़ा बेचारा रोडा कहिंदा मैनूं 3 साल हो गए मेरा सेवा सिंह तो मेवा सिंह नहीं करन दे डंडी दा फर्क पाता इहनां चाचे दा सोना तू अपने चाची का इन्हें जलूस ऐसा कटे करनैल सिंह कैला चाचा चौधरी कहते हैं इन छोटा ना लिछड़ा कैला वो कई बार कुड़ी के काउंटर उ चल जाता है ना उत आवाज दें टोकन नंबर 70 केला जी खिड़की के पास आ जे बेचारा सेंटर चो बहर जाता केला केले 10 महीने काम करे
15 ਬੰਦਿਆਂ ਦੀ ਲਾਈਨ ਲੱਗੀ ਹੁੰਦੀ ਹੈ, ਇਹਨਾਂ ਨੂੰ ਕਿਤੇ ਕਹਿ ਦਈਏ ਨਾ ਵੀ ਮਾਤਾ ਜੀ ਆਪਣਾ ਆਧਾਰ ਕਾਰਡ ਕੱਢ ਲਓ, ਪਹਿਲਾਂ ਝੋਲਾ ਖੋਲਣਗੀਆਂ, ਫਿਰ ਝੋਲੇ ਚੋਂ ਇੱਕ ਲਿਫਾਫਾ ਖੋਲਣਗੀਆਂ, ਉਹਦੇ ਵਿੱਚੋਂ ਇੱਕ ਹੋਰ ਲਿਫਾਫਾ ਖੋਲਣਗੀਆਂ, ਫਿਰ ਇੱਕ ਹੋਰ ਲਿਫਾਫਾ ਖੋਲ ਕੇ ਫਿਰ 6ਵੇਂ 7ਵੇਂ ਨੰਬਰ ਤੇ ਆਧਾਰ ਕਾਰਡ ਦੀ ਵਾਰੀ ਆਉਂਦੀ ਹੈ। ਇੰਨੇ ਚਿਰ ਨੂੰ ਮਗਰਲੇ ਬੰਦੇ ਗੱਲ ਪੈਣ ਨੂੰ ਆਉਂਦੇ ਮੈਡਮ ਜੀ ਸਾਨੂੰ, ਸਾਂਭ ਕੇ ਰੱਖੀ ਤੁਸੀਂ ਤਰੀਕੇ ਨਾਲ ਕੰਮ ਕਰ ਦੋ, ਇਹਨਾਂ ਨੇ ਉਹਨਾਂ ਦੇ ਕੋਲੋਂ ਫਾਰਮ ਨਹੀਂ ਲੈਣੇ ਹੁੰਦੇ ਮਗਰਲੇ ਬੰਦਿਆਂ ਕੋਲ, ਪੈਸੇ ਲੈਣੇ ਹੁੰਦੇ ਤਾਂ ਕਾਲੇ ਪੈਂਦੇ ਨੇ, ਇੰਨਾ ਖੱਜਲ ਕਰਦੇ ਧੀ, ਇੰਨਾ ਖੱਜਲ ਕਰਦੇ, ਮੈਂ ਤੈਨੂੰ ਕੀ ਦੱਸਾਂ ਇਹਨੂੰ, ਮੈਂ ਵੇਖੀ ਮੈਂ ਇਹਦੀ ਛੁੱਟੀ ਕਿੱਦਾਂ ਕਰਾਉਣੀ ਆ ਤੂੰ, ਮੈਂ ਨਾ ਪੰਤੇ ਨਾਲ ਗੱਲ ਕਰਕੇ ਜੁਗਨੂੰ ਨਾਲ ਗੱਲ ਕਰਕੇ ਤੇ ਤੇਰੀ ਮੈਂ ਛੁੱਟੀ ਕਰਾਉਂਗਾ, ਜਿੰਨੀ ਮੇਰੀ ਸੁਣਦਾ ਕਿਸੇ ਦੀ ਨਹੀਂ ਸੁਣਦਾ, ਤੈਨੂੰ ਲਾ ਫਿਰ ਫੋਨ, ਲਾ ਫੋਨ ਕਰਾ ਛੁੱਟੀ, ਮੈਨੂੰ ਤਾਂ ਪਤਾ ਨਹੀਂ ਕਿੰਨੀਆਂ ਸਦੀਆਂ ਹੋਈਆਂ ਬੀਜੀ ਛੁੱਟੀ ਕੀਤੀ ਨੂੰ ਮੈਡਮ ਜੀ, ਨਿਆਣੇ ਸੁੱਤੇ ਹੁੰਦੇ ਘਰੋਂ ਆਈਦਾ, ਨਿਆਣੇ ਫਿਰ ਸੌ ਜਾਂਦੇ ਫਿਰ ਘਰ ਜਾਈਦਾ, ਨਿਆਣੇ ਦਾ ਪਿਓ ਸਾਡਾ ਬਾਹਰ ਰਹਿੰਦਾ, ਅਸੀਂ ਤਾਂ ਕਹਿੰਦੇ ਸ਼ੁਕਰ ਕਰਾਂਗੇ, ਜਿੰਨੇ ਤੂੰ ਪੈਸੇ ਉੱਥੇ ਕਮਾਉਂਦਾ 2 ਨੰਬਰ ਤੇ ਬਾਹਰ ਵੀ ਨਹੀਂ ਕਮਾਉਂਦੇ ਲੋਕੀ ਇਹਨੇ, ਚਾਚੀ ਆ ਲੈ ਮੈਂ ਤੇਰੇ ਬਿਨਾ ਸੌਂ ਨੀ ਚੁੱਕਣੀ, ਮੈਂ ਕਿਹਾ ਪੁੱਤ ਚੁੱਕ ਲਾ ਤੂੰ ਕਿਹੜਾ ਮੇਰੀ ਚੁੱਕਣੀ, ਓਹੋ ਗੱਲਾਂ ਜਾਣ ਕੇ ਫਿਰ ਬਹੁਤ ਕੀ ਸੁਣਦਾ ਮੇਰੀ, ਤੁਸੀਂ ਕੰਮ ਕਰੋ ਨਾ, ਇਹ ਨਹੀਂ ਤੂੰ ਨਹੀਂ ਮੇਰੀ ਸੁਣਦਾ ਤੇ ਕੋਈ ਵੀ ਨਹੀਂ ਸੁਣਦਾ, ਮੈਂ ਤੇ ਵੇਖੋ ਜੀ ਦਫ਼ਤਰੋਂ ਬੁਲਾਇਆ ਆ ਉੱਥੇ ਬਹਿ ਕੇ ਕੰਮ ਕਰਨਾ, ਮੈਨੂੰ ਖਲੋ ਕੇ ਕਰਨਾ ਪੈਂਦਾ, ਇਹ ਪਤਾ ਕੀ ਆ ਜਦੋਂ ਏਦਾਂ ਦੀਆਂ ਸਿਫਾਰਿਸ਼ਾਂ ਆਉਂਦੀਆਂ ਫਿਰ ਕਹਿੰਦੇ ਸਾਡੇ ਨਾਂ ਗਲਤ ਹੋ ਗਏ, ਬੈਠ ਬੈਠ ਕੇ ਢਿੱਡ ਏਡਾ ਵੱਡਾ ਹੋਇਆ ਤਾਂ ਢਿੱਡ ਤੇਰੇ ਘਰੋਂ ਥੋੜੀ ਰਾਸ਼ਨ ਖਾਣਾ ਦਫ਼ਤਰ ਦਾ ਹੀ ਖਾਣ ਡਿਆ, ਉਹ ਗੱਲ ਫਿਰ ਦਫ਼ਤਰ ਦਾ ਖਾਏ ਤਾਂ ਤੇਰਾ ਢਿੱਡ ਅੰਦਰ ਬੜਿਆ ਹੋਵੇ, ਜਿੰਨੀ ਤੇਰੀ ਤਨਖਾਹ ਆ, ਨਹੀਂ ਮੈਡਮ ਲੋਕਾਂ ਦਾ ਖਾਧਾ ਤਾਂ ਢਿੱਡ ਬਾਹਰ ਆਏ ਆ, ਇੱਕ ਦਿਨ ਪੁਲਿਸ ਵਾਲਿਆਂ ਵਾਲੀ ਗੋਗੜ ਹੋ ਜਿਹੜੀ ਤੇਰੀ, ਕੋਈ ਗੱਲ ਨਹੀਂ ਤੇਰਾ ਹਾਲ ਆ, ਨਹੀਂ ਮੈਡਮ ਜੀ ਮੇਰੀ ਗੱਲ ਸੁਣੋ, ਫਿਰ ਇਹੋ ਜਿਹੇ ਆਉਂਦੇ ਆ ਵੀ ਨਾ ਗਲਤ ਹੋਤਾ ਕੇਲੇ ਦਾ ਕੇਲਾ ਬਣਾਤਾ, ਹੁਣ ਜਦੋਂ ਸਿਫਾਰਿਸ਼ ਨਾ ਆਵਾਂਗੇ ਖਲੋ ਕੇ ਕੰਮ ਕਰਾਂਗੇ, ਕੇਲੇ ਦਾ ਕੇਲਾ ਤੇ ਆਪੇ ਹੀ ਬਣਨਾ ਬੰਦਾ, ਹਿੱਲ ਜੁਲ ਖਲੋ ਕੇ ਥੋੜੀ ਨਹੀਂ, ਤੇ ਮੈਂ ਦੱਸਾਂ ਉਹਨੇ ਧੀਏ ਮੈਂ ਉਹ ਨਹੀਂ ਬੰਦੇ ਬਦਲੇ ਜਿੰਨੇ ਆਧਾਰ ਕਾਰਡ ਤੇ ਨੇ ਮੇਰੇ ਬਦਲਤੇ, ਕਿਸੇ ਦੇ ਉੱਤੇ ਨਾ ਦਾ ਕਿਸ਼ਨ ਸਿੰਘ ਲੈਂਦਾ, ਕਿਤੇ ਬਿਜਣ ਸਿੰਘ ਲੈ ਦਿੰਦਾ, ਕਿਤੇ ਮਿਸ਼ਨ ਸਿੰਘ ਲੈ ਦਿੰਦਾ, ਮੇਰੀ ਜਨਾਨੀ ਕਰੈਕਟਰ ਲੈਸ ਬਣਾ ਜੀ, ਬੁੱਝ ਦੱਸ ਗੱਲ ਫੋਟੋ ਕਾਪੀ ਕਰਾਉਣ ਨੂੰ ਕੋਈ ਪ੍ਰਿੰਟ ਨੀ ਸਾਫ਼ ਹੁੰਦਾ, ਜਿੱਥੋਂ ਅਸੀਂ ਕਹਿੰਦੇ ਉੱਥੇ ਨੀ ਜਾਂਦੇ, ਸਸਤੇ ਕੋ ਜਾਣਗੇ, ਪਰ ਮੈਂ ਤਾਂ ਕਹਿੰਦਾ ਛੱਡ ਸਿਆਪਾ ਮਾਰ ਪੈਨਸ਼ਨ ਦਾ, ਮੈਂ ਲੈਣੀ ਨੀ ਪੈਨਸ਼ਨ, ਪਿਲਸਨ ਤੂੰ ਲੈਣੀ ਨੀ, ਪਿਲਸਨ ਤੂੰ ਲੈਣੀ ਨੀ, ਤੂੰ ਏਡਾ ਉਹਨੂੰ ਵੱਡਾ ਬਾਦਲ ਨੀ ਲੱਭਦਾ, ਪਿਲਸਨ ਨੀ ਮੈਂ ਲੈਣੀ, ਪੱਲਿਆ ਕੀ ਤੇਰੇ, ਉਹ ਅਗਲੇ ਜੱਦੀ ਸਰਦਾਰ ਉਹ ਤੇ ਛੱਡ ਦੇਣਗੇ, ਅਸੀਂ ਵੀ ਜੱਦੀ ਸਰਦਾਰ ਹੈਗੇ, ਜੱਦੀ ਨੀ ਤੁਸੀਂ ਗੱਦੀ ਸਰਦਾਰ ਹੋ, ਗੱਦੀ ਤੇ ਬੈਠੇ ਉੱਠੇ ਹੀ ਨੀ ਕਦੀ, ਨਹੀਂ ਗੱਲ ਤੇ ਚਾਚਾ ਸਹੀ ਕਹਿਣ ਡਿਆ, ਚਾਚਾ ਸਹੀ ਛਿੱਕੂ ਕਹਿਣ ਡਿਆ ਗੱਲ, ਮੈਨੂੰ ਪਤਾ ਨਾ ਮੈਂ ਜਿਹੜੇ ਗੇੜੇ ਮਾਰਦੀ ਆ ਤੇਰੇ ਦਫ਼ਤਰ, ਤੇ ਫਿਰ ਕੀ ਹੋ ਗਿਆ, ਨਹੀਂ ਪੈਨਸ਼ਨ ਮਿਲੂ 2000 ਨਾ ਕਿਤੇ ਘਾਟਾ ਪੈ ਚੱਲੇ, ਕਿਉਂ ਚਾਹੀਦੀ ਆ ਪੈਨਸ਼ਨ ਜੇ ਦਿੰਦੀ ਸਰਕਾਰ, ਤੁਸੀਂ ਖਾਣੀ ਫਿਰ 2000 ਪੈਨਸ਼ਨ ਵਾਸਤੇ 3000 ਗੇੜਾ ਮਾਰਨਾ ਪੈਂਦਾ, 3500 ਰਿਕਸ਼ੇ ਵਾਲੇ ਦਾ ਬਣ ਜਾਂਦਾ, ਇਹ ਤਾਂ ਗਲਤ ਗੱਲ ਆ, ਮੈਨੂੰ ਸਮਝ ਜਾਂਦਾ ਵੀ ਮੈਂ ਆਪਣੀ ਪੈਨਸ਼ਨ ਲੈਣ ਜਾਂਦੀ ਕਿ ਰਿਕਸ਼ੇ ਵਾਲੇ ਦੀ ਲੈਣ ਜਾਂਦੀ, ਤੇ ਫਿਰ ਕੀ ਹੋਇਆ, ਪੈਨਸ਼ਨ ਦੇ ਨਾਲ 100 ਕੰਮ ਹੁੰਦੇ ਕਿ 1 ਮਹੀਨਾ ਰੋਕੇ ਹੋ ਜਾਣਗੇ, ਰੋਕੇ ਹੋ ਜਾਣਗੇ, ਜਿਹੜੀ ਇਹਨਾਂ ਨੇ ਚਾਹ ਵਾਸਤੇ ਕੁੜੀ ਰੱਖੀ ਹੁੰਦੀ ਨਾ ਉੱਥੇ ਪ੍ਰੀਤੀ, ਪ੍ਰੀਤੀ ਦੇ ਨਾਲ ਗੱਲਾਂ ਲਾ ਪੈਣਗੇ, ਹੈ ਪ੍ਰੀਤੀ ਅੱਜ 2 ਦਿਨ ਦਿਖੀ ਨੀ, ਆਈ ਨੀ, ਤੇ ਪਤਾ ਪੁੱਛੀ ਉਹ ਮਾਂ ਤੈਨੂੰ ਦਿਖੀ ਨੀ ਤੇ ਤੈਨੂੰ ਇੰਨੀ ਟੈਨਸ਼ਨ ਪੈ ਗਈ, ਆ ਜਿਹੜੀ 2 ਮਹੀਨੇ ਤੋਂ ਖੱਜਲ ਹੋਣ ਡੀ ਤੇਰੇ ਦਫ਼ਤਰ, ਉਹ ਨੀ ਤੈਨੂੰ ਦੀਦੀ, ਮੈਨੂੰ ਤੇ ਦੀਦੀ ਆ, ਹੁਣ ਚਾਚੇ ਵਿਚਾਰੇ ਦਾ ਕਸੂਰ ਕੋਈ ਨੀ, ਜਿਹਨੂੰ ਐਂ ਦੁਆਲੇ ਹੋਈ ਜਾਂਦੀ, ਉਹ ਤੇ ਪਿਲਸਨ ਲੈਣ ਆਉਂਦਾ ਵਿਚਾਰਾ ਘਰੋਂ, ਚੱਲ ਕੇ ਆਉਂਦਾ, ਉਹਨੂੰ ਪੁੱਛੀਦਾ ਚਾਚਾ ਲੈਣੀ ਆ, ਉਹ ਕਹਿੰਦਾ ਨਾ, ਤੇ ਸਾਡਾ ਥੋੜੀ ਕਸੂਰ, ਇਹਦੇ ਤੇ ਮੈਨੂਫੈਕਚਰਿੰਗ ਫਾਲਟ ਆ ਨਾ, ਮੇਰੇ ਤੇ ਨਹੀਂ ਫਾਲਟ, ਤੈਨੂੰ ਪਤਾ ਨੀ ਵੀ ਉਹਨੂੰ ਲੋੜ ਕਿੰਨੀ ਆ, ਪੈਸੇ ਦੀ ਮੇਰੀ ਗੱਲ ਸੁਣ, ਦੇਖ ਲੈ ਲੈਣਾ, ਮੇਰੀ ਆਵਾਜ਼ ਵੀ ਸੁਣ, ਵੇਖਣਾ ਨਾ ਸੈਨ ਵੇਖਣੇ ਨਾ, 1 ਮਿੰਟ ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਬੀਬੀ, ਤੂੰ ਬਹੁਤ ਕਾਹਲੀ ਪੈਂਦੀ, ਚਾਚਾ ਇੱਧਰ ਆ, ਅੰਗੂਠਾ ਲਾ ਜਰਾ 1 ਮਿੰਟ, ਉਹਨੂੰ ਕਾਗਜ਼ ਕੱਢ ਲੈਂਦੋ ਜਰਾ, ਆਹ ਆ ਪੈਨਸ਼ਨ ਵਾਲਾ ਹੀ, ਉਹ ਮੇਰੀ ਗੱਲ ਸੁਣ, 1 ਮਿੰਟ ਅੰਗੂਠਾ ਲਾ, ਇਹਦਾ ਅੰਗੂਠਾ ਹਿੱਲਦਾ ਪੈਰ ਦਾ ਲਵਾਲਾ, ਇਹਦਾ ਕਾਗਜ਼ ਤੇ ਲਬੇੜ ਦੇਣਾ, ਇਹਨੇ ਕੱਢ ਕੱਢ ਪੈਰ ਦਾ, ਸਿਗਨੇਚਰ ਮੈਂ ਵਧੀਆ ਕਰ ਲਈ, ਝਰੀਟਾ ਹੀ ਮਾਰਨੀ ਕਿਹੜੇ ਪਾਸੇ, ਵੋਟਾਂ ਲੰਘ ਗਏ ਹੁਣ ਤੇ ਦਰਦ ਦਾ ਖਿਆਲ ਛੱਡ ਦੇ, ਨਹੀਂ ਮੈਡਮ ਜੀ ਝਰੀਟਾਂ ਜੀਆਂ ਮਾਰ ਜਾਂਦੀ ਫਿਰ ਆਂਦੀ ਮੈਨੂੰ ਪਿਲਸਨ ਨਹੀਂ ਦਿੰਦੇ, ਬੰਦਾ ਸੈਨ ਤੇ ਚੱਜ ਨਾ ਕਰੇ, ਰੈਟਿੰਗ ਤੇ ਸਮਝ ਆਵੇ ਵੀ ਕਿਹਦਾ ਨਾਂ ਲਿਖਿਆ, ਡਾਕਟਰਾਂ ਨਾਲੋਂ ਸਾਫ ਹੀ ਆ ਮੇਰੀ ਰੈਟਿੰਗ, ਮੈਨੂੰ ਨਾ ਸਿਖਾ, ਤੈਨੂੰ ਮੈਂ ਦੱਸਾਂ ਤੇਰੇ ਵਰਗੇ ਬੜੇ ਪੜ੍ਹਨੇ ਪਾਏ ਮੈਂ, ਮੈਂ ਤੇ ਆਖਿਆ ਮੈਂ ਕਿਹਾ ਚਾਚੀ ਸੈਨ ਨਹੀਂ ਕਰਨੇ ਹੁੰਦੇ ਤੇ ਅੰਗੂਠਾ ਹੀ ਲਾ ਦੇ, ਅੰਗੂਠੇ ਦੇ ਪੋਟਿਆਂ ਦੇ ਨਿਸ਼ਾਨ ਹੀ ਨਹੀਂ ਆਉਂਦੇ, ਪੋਟਿਆਂ ਦੇ ਅਸੀਂ ਮਿਹਨਤ ਕੀਤੀ ਸਾਰੀ ਉਮਰ, ਗੋਹਾ ਕੂੜਾ ਕੀਤਾ, ਅੱਜ ਕੱਲ੍ਹ ਦੀਆਂ ਕੁੜੀਆਂ ਵਾਂਗੂ ਥੋੜੀ ਮਗਲਿਆਲ ਹੀ ਚਲਾ ਛੱਡਿਆ, ਬਸ ਮੂੰਹ ਦੇਖੀ ਤੇਰੇ ਸਾਰੇ ਨਿਸ਼ਾਨ ਤੇਰੇ ਮੂੰਹ ਤੇ ਨਾ ਛਪੀ, ਤਾਂ ਮੈਨੂੰ ਚਾਚਾ ਮੈਂ ਤੁਹਾਨੂੰ ਦੱਸਿਆ ਨਾ,
ਟਾਈਮ ਨਾਲ ਕੰਮ ਹੁੰਦਾ, ਹਰ ਕੰਮ ਟਾਈਮ ਨਾਲ ਹੁੰਦਾ, ਕਾਲੇ ਥੋੜੀ ਪਈਦਾ। ਉਹ ਗੱਲ ਤੂੰ ਇੰਨਾ ਕਾਲਾ ਪਿਆ ਆ, ਤੂੰ ਕਿਹੜੀ ਬੱਲੇ ਬੱਲੇ ਚ ਪਿਆ, ਮੈਨੂੰ ਇਹ ਦੱਸ। ਸਮਝਾਉਂਦਾ ਆਪ ਟਾਈਮ ਨਾਲ ਜਮਿਆਉਂਦਾ, ਪੁੱਛਾ ਜਾ ਕੰਮ ਲਾਉਂਦਾ। ਫਿਰ ਉਹ ਗੱਲ ਮੈਨੂੰ ਰਿਸ਼ਵਤ ਵੀ ਦੇਣ ਦੀ ਕੋਸ਼ਿਸ਼ ਕੀਤੀ। ਰਿਸ਼ਵਤ ਦੇ ਕੇ ਕੰਮ ਕਰੋ। ਮੈਂ ਇੱਕ ਦਿਨ ਆਖਿਆ, ਮੈਂ ਕਿਹਾ ਜੇ ਪੈਸਾ ਧੇਲਾ ਲੈ ਕੇ ਕਰਨਾ ਉਹ ਕਰਦੇ, ਕਹਿੰਦਾ ਨਹੀਂ ਉੱਪਰ ਵਾਲੇ ਦਾ ਦਿੱਤਾ ਬਹੁਤ ਕੁਛ ਆ। ਮੈਂ ਕਿਹਾ ਪਤਾ ਨੀ ਰੱਬ ਦੇ ਨਾਲ ਕਿੰਨਾ ਕੁ ਜੁੜਿਆ, ਉਹ ਬਾਅਦ ਚ ਪਤਾ ਲੱਗਾ ਉੱਪਰ ਏਜੰਟ ਆ ਜਿਹਦੇ ਥਰੂ ਇਹ ਪੈਸੇ ਲੈਂਦਾ ਲੋਕਾਂ ਦੇ ਕੋਲੋਂ। ਬੋਲੀ ਜਾਂਦੀ ਸਰਟੀਫਿਕੇਟ ਦੀ ਸੁਣਨਾ ਤੂੰ ਮੁੰਡੇ ਦੇ, ਮੈਂ ਵਿਆਹ ਕਰਾਇਆ ਮੇਰੇ ਮੁੰਡੇ ਨੇ, ਹੈਨਾ ਉਹ ਅੱਜ ਕੱਲ ਦੁਬਈ ਹੁੰਦਾ, ਵਿਆਹ ਕਰਾਇਆ ਤੇ ਉੱਥੇ ਗਏ ਆ, 3500 ਰੁਪਇਆ ਸਰਕਾਰੀ ਫੀਸ, ਬਾਕੀ ਲੈਟਰਾਂ ਪੜ੍ਹਾ, ਕਹਿੰਦੇ 2000 ਤਹਿਸੀਲਦਾਰ ਨੇ ਲੈਣਾ, ਫਲਾਨਾ ਢਿਮਕੜਾ ਯੇ ਵੋ, ਲੈਟਰਾਂ ਪੜ੍ਹਾ 10,000। ਮੈਂ 5500 ਜਿੱਤੇ ਚੁੰਨੀ ਚੜਾਵਾ ਕੀਤਾ, 10,000 ਤੁਹਾਨੂੰ ਦੇ ਦਈਏ। ਮੈਂ ਮੁੰਡੇ ਨੂੰ ਆਖਿਆ ਤਲਾਕ ਕਰਾਲਾ ਪੁੱਤੋ, ਮੈਂ ਕਿਹਾ ਸਸਤਾ ਪੈਣਾ ਹੀ ਤਲਾਕ। ਜੂ ਤਾਂ ਕਹਿੰਦੀ ਹੀ ਜੂ ਨੂੰ ਆਉ ਤੇ ਸਭ ਕੁਝ ਠੀਕ ਕਰ ਜੂ, ਆ ਦੇਖ ਲੈ ਕਰਪਸ਼ਨ ਹਜੇ ਵੀ ਹੁੰਦੀ ਹੈ ਕਿ ਨਹੀਂ। ਉਹ ਦਾਸ ਦੇ ਨੂੰ ਇਹ ਜੁਗ ਨੂੰ ਆਏ ਨੂੰ 10 ਦਿਨਾਂ ਚ ਕੀ ਕਰਦੇ, 11ਵੇਂ 15ਵੇਂ ਦਿਨ ਤੇ ਕੁੜੀ ਚੌਂਕੇ ਚੜਦੀ ਹੈ। ਉਹਨਾਂ ਤੇ ਧੀਏ ਜਿਹੜਾ ਗੱਡੀਆਂ ਦੇ ਵਿੱਚ ਕੁੱਤਾ ਨੀ ਲਾਇਆ ਹੁੰਦਾ ਸਪਰਿੰਗ ਵਾਲਾ, ਉਹ ਨੀ ਆਇਆ ਮੂੰਹ ਲਾਉਂਦਾ ਜਿੰਨਾ ਇਹ ਲਾਉਂਦਾ। ਪੰਜਾਬੀ ਭੇਜਣੇ ਚਾਹੀਦੇ, ਪੰਜਾਬੀ ਭੇਜਣੇ, ਪੰਜਾਬੀ ਜਿਹੜੇ ਪਹਿਲਾਂ ਭੇਜੇ ਸੀ ਉਹਨਾਂ ਕਿਹੜਾ ਕੱਦੂ ਚ ਤੀਰ ਮਾਰਤਾ, 10-15 ਦੇਣਾ ਉਹਨਾਂ ਨੂੰ ਕੰਮ ਤੇ ਕਰਨ ਦਿਓ ਕੁਝ। ਬਸ ਇੰਨਾ ਗੱਲਾਂ ਕਰਕੇ ਇਹ ਲੋਕ ਖਰਾਬ ਹੁੰਦੇ ਨੇ। ਦਫ਼ਤਰ ਚ ਆ ਕੇ ਵੀ ਟੋਕਨ ਨੰਬਰ ਮਿਲਿਆ, ਅਸੀਂ ਬੋਲਦੇ ਰਹੇ ਵੀ 3 ਨੰਬਰ ਆ ਜਾਓ, 3 ਨੰਬਰ। ਇਹੋ ਜਿਹੀਆਂ ਬੀਬੀਆਂ ਫੋਨ ਤੇ, ਹਾਂ ਮਰ ਗਈ ਆ, ਆਹੋ ਤੇ ਇਸ ਤਰ੍ਹਾਂ ਦੇ ਫਿਰ ਕੰਮ ਖਰਾਬ ਹੁੰਦਾ। ਦੱਸ ਇਹ ਕੰਮ ਖਰਾਬ ਉਦੋਂ ਨੀ ਕੰਮ ਖਰਾਬ ਹੁੰਦਾ ਜਦੋਂ 3-4 ਬੰਦੇ ਹੁੰਦੇ ਉਦੋਂ ਬੈਠੇ ਰਹਿੰਦੇ ਟੇਕ ਕੇ, ਜਦੋਂ ਲੈਣ ਵੱਡੀ ਲੱਗ ਜਾਂਦੀ ਉੱਠ ਕੇ ਚੱਲ ਜਾਂਦੇ ਚਾਹ ਪੀਣ, ਹਿਸਾਬ ਕਿਤਾਬ ਕਰਨ ਜਾਂਦੇ ਆ ਜੰਟ ਨਾਲ ਕਿੰਨੇ ਕੁ ਰੁਪਏ ਇਕੱਠੇ ਹੋ ਗਏ। 2 ਮਹੀਨਿਆਂ ਨੂੰ ਆਉਣਾ ਤੇ ਬਾਹਰ ਜਿਹੜਾ ਬੰਦਾ ਬੈਠਾ ਹੁੰਦਾ ਭਾਈ ਕਹਿੰਦਾ 2 ਘੰਟੇ ਨੂੰ ਆ ਕੇ ਲੈ ਜੇ ਸਰਟੀਫਿਕੇਟ, 15,000 ਜਮ੍ਹਾਂ ਕਰਾ ਜੇ। ਫਿਰ ਇਹ ਕੰਮ ਹੀ ਨਾ ਜਾ ਕਰਨਾ, ਇਹਨਾਂ ਨੇ ਮੋਇਆ ਦੀ ਮੰਡੀ ਆ ਕੁਛ ਕੰਮ ਕਰੋ ਉਹਨਾਂ ਦਾ ਕੰਮ ਇਹਨਾਂ ਨੇ ਦੱਸ। ਕੁੜੇ ਤੈਨੂੰ ਮੈਂ ਦੱਸਾਂ, ਫਾਈਲ ਖੋਲਣ ਤੋਂ ਪਹਿਲਾਂ ਤੇ ਚਾਹ ਦੇ ਨਾਲ ਰਸਾਂ ਦਾ ਪੈਕਟ ਖੋਲ ਲੈਂਦੇ, ਹੋਰ ਕੀ ਤਾਂ ਕੰਮ ਦੀ ਨੀਤ ਥੋੜੀ ਹੁੰਦੀ ਇਹਨਾਂ ਦੀ ਕੋਈ। ਜੇ ਨਾ ਸਲਾਹ ਵੀ ਨਹੀਂ ਮਾਰਦੇ, ਸਲਾਹ ਦਾ ਸੁਣ ਕੀ ਬਾਰੀ ਤੋਂ ਗਲਾਸ ਬਾਹਰ ਜਾ ਹੀ ਨਹੀਂ ਸਕਦਾ, ਉੱਥੋਂ ਪੈਸੇ ਆਉਂਦੇ ਜਾਂ ਪਰਚੀ ਆਉਂਦੀ ਸਰਕਾਰੀ ਵੀ। ਪੀਓ ਤੁਸੀਂ ਪਰ ਉਹਨਾਂ ਦਾ ਕੰਮ ਵੀ ਕਰੋ। ਮੈਡਮ ਜੀ ਚਾਹ ਪਾਣੀ ਤਾਂ ਬੜਾ ਕਰਦੇ ਨਹੀਂ ਆ ਇਹ, ਚਾਹ ਪਾਣੀ ਤਾਂ ਬੜਾ ਕਰਦੇ ਨਹੀਂ ਇਹ ਕੰਮ। ਲੈ ਹੈ ਤਾਂ ਦੱਸ, ਉਹ ਇਹ ਜਿਹੜੀ ਗੱਲ ਇੰਨੀ ਦੇਰ ਲਾਤੀ ਕਰ, ਉਹ ਚਾਹ ਦੀ ਗੱਲ ਨਹੀਂ ਕਰਨੀ, ਦੂਜੀ ਚਾਹ ਦੀ ਗੱਲ ਕਰਨੀ। ਉਹ ਸਮਝ ਗਿਆ ਕਿਹੜੀ ਚਾਹ ਪਾਣੀ ਦੀ। ਮੈਂ ਕਹਿ ਤਾਂ ਨਹੀਂ ਆਇਆ ਜਿਹਨੂੰ ਇੰਨਾ ਟਾਈਮ ਲਾਤਾ ਤੁਹਾਡਾ ਕੰਮ ਇੰਨੀ ਦੇਰ ਦਾ ਰਿਹਾ, ਇਹ ਕੰਮ ਤਾਂ ਪਹਿਲਾਂ ਕਰਦੀ ਜਾ। ਕੰਮ ਕਰਦੀ ਮੈਂ ਕਿਉਂ ਦਵਾਂ ਰਿਸ਼ਵਤ, ਮੈਂ ਨਹੀਂ ਦੇਣੀ ਰਿਸ਼ਵਤ, ਮੈਂ ਉਦਾਂ ਕੰਮ ਕਰਾਉਣੇ ਆ। ਸਿਆਣਾ ਸਿਆਣਾ ਹੀ ਹੁੰਦਾ, ਬੀਬੀਆਂ ਦੀ ਮਾਂ ਤੋਂ ਹੀ ਗੁੱਤ ਪਿੱਛੇ ਹੁੰਦੀ ਹੈ, ਇਕੱਠੇ ਫੜਾ ਦੇ ਇੱਕ ਦਾ ਕੀ ਬਣਨਾ, ਨੋਟ ਪਾੜ ਦੇਣਾ ਤੂੰ ਬਾਪੂ ਇਸ ਹਿਸਾਬ ਨਾਲ ਤੇ ਇਦਾਂ ਨਹੀਂ ਕਰੀਦਾ ਹੁੰਦਾ, ਚੁੱਪ ਕਰਕੇ ਉਹ ਹੀ ਗੱਲ। ਹਾਏ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਰਿਸ਼ਵਤ ਲੈਂਦੇ ਹੋ। ਮੈਡਮ ਜੀ ਘਰ ਬਾਰ ਵੀ ਚਲਾਉਣਾ, ਬੰਦਿਆਂ ਨੂੰ ਵੀ ਖਰਚਾ ਵਰਚਾ ਦੇਣਾ ਹੁੰਦਾ, ਔਖਾ ਹੋ ਜਾਂਦਾ ਫਿਰ। ਦੇਖ ਲੈ ਪੈਸੇ ਕਿਵੇਂ ਲੈਂਦੇ ਹੋ, ਹਾਲ ਦੇਖ ਲੈ ਇਹਨਾਂ ਦੇ ਤੂੰ। ਨਹੀਂ ਚਾਚੀ ਤੁਹਾਡੀ ਪਿਲਸਨ ਵਾਸਤੇ ਵੀ ਰਿਸ਼ਵਤ ਦੇਣੀ ਪੈਂਦੀ ਹੈ ਵੀ, ਪਰ ਤੁਹਾਡੀ ਜ਼ਿਆਦਾ ਗਲਤ, ਤੁਹਾਨੂੰ ਦੇਣੀ ਨਹੀਂ ਚਾਹੀਦੀ ਰਿਸ਼ਵਤ। ਕੀ ਕਰਾਂ ਹੋਰ ਤੀਏ ਦੱਸ, ਜਿਨ੍ਹਾਂ ਦਾ ਲੈਣ ਦੇਣਾ ਦੇਣਾ ਵਾ ਉਹਨਾਂ ਨੂੰ ਲਾਰਾ ਮੈਂ ਲਾਇਆ ਹੁੰਦਾ ਵਾ, ਪਿਲਸਨ ਆਉਂਦੇ ਦਿੰਦੀ ਆ, ਪਿਲਸਨ ਆਉਂਦੇ ਦਿੰਦੀ ਆ, ਏਦਾਂ ਤੈਨੂੰ ਫਿਰ ਜ਼ਿਆਦਾ ਸ਼ਹਿ ਮਿਲਦੀ ਆ ਨਾ। ਰਿਕਾਰਡਿੰਗ ਹੋ ਗਈ ਆ, ਪੈਸੇ ਤੂੰ ਪੜੇ ਆ, ਮੂੰਹ ਤੂੰ ਮੰਨਿਆ ਗਿਆ। ਬੁੱਢੀ ਮੈਨੂੰ ਅਮਣੀ ਨੂੰ ਕਹਿ ਕੇ ਬੁੱਢੇ ਚ ਭੇਜ ਦੀ, ਘੰਟੇ ਦੇ ਨੰਬਰ ਤੇ ਪਾਉਂਦੀ ਆ, ਕਢਾਉਣੀ ਆ ਜਲੂਸ। ਨਾ ਨਾ ਬੀਬੀ ਇਦਾਂ ਨਾ ਕਰ, ਤੂੰ ਪੈਸੇ ਆ ਮੇਰੇ ਕੋ ਵੱਧ ਲੈ ਲੈ, ਤੂੰ ਨਾ ਕਰ ਚੰਗਾ ਬਾਬੂ ਤੂੰ ਤਾਂ ਕਰਦੀ ਜਲੂਸ, ਕਰਦੀ ਤਰ੍ਹਾਂ ਮੈਂ ਜਲੂਸ ਵੇਖੀ ਕਿੱਦਾਂ ਕਰਦੀ। ਹੁਣ ਤਾਂ ਗਿਆ
ਲੈ ਲਓ ਤੁਸੀਂ ਲੈ ਲਓ ਮੈਨੂੰ ਨਹੀਂ ਚਾਹੀਦੇ ਉਹ ਚੈਨਲ ਨੂੰ ਕਹਿ ਕੇ ਵੀਡੀਓ ਜੀ ਕਟਾ ਦਿਓ ਇਹ ਨਹੀਂ ਹੁਣ ਰੁਕਣੀ ਹੈਗੀ ਲਓ ਜੀ ਚਾਚੀ ਨੇ ਤਾਂ ਬਹੁਤ ਵਧੀਆ ਤਰੀਕਾ ਅਪਣਾਇਆ ਆ ਕਿ ਇਹੋ ਜਿਹੜੇ ਕਿ ਰਿਸ਼ਵਤ ਲੈਂਦੇ ਉਹਨਾਂ ਦਾ ਪਰਦਾਫਾਸ਼ ਕੀਤਾ ਜਾ ਸਕੇ ਜੇਕਰ ਤੁਹਾਡੇ ਨਾਲ ਵੀ ਇਦਾਂ ਕਿਤੇ ਕੁਝ ਹੁੰਦਾ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਜਾਂ ਤੁਸੀਂ ਕਿਤੇ ਦੇਖਦੇ ਉਸਦੀ ਆਡੀਓ ਜਾਂ ਵੀਡੀਓ ਜਿਹੜੀ ਉਹ ਰਿਕਾਰਡ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਨਵਾਂ ਹੈਲਪਲਾਈਨ ਨੰਬਰ ਦਿੱਤਾ ਗਿਆ 9501200200 ਉਹਦੇ ਤੇ ਜ਼ਰੂਰ ਸੈਂਡ ਕਰੋ ਤਾਂ ਕਿ ਇਹੋ ਜਿਹੜੇ ਰਿਸ਼ਵਤ ਖੋਰ ਆ ਉਹਨਾਂ ਦਾ ਪਰਦਾਫਾਸ਼ ਕੀਤਾ ਜਾ ਸਕੇ ਬਾਕੀ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਯਾਨੀ ਕਿ ਨੀਲਮ ਕੁਈਨ ਨੂੰ ਦੋ ਇਜਾਜ਼ਤ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ